वाहिगुरु जी का खालसा वाहिगुरु जी की फतेह। भाई अज की वीडियो देखने तो बाद शेयर करने बारे तो नहीं मैं कहूंगा, पर अपने बच्चों तक यह वीडियो जरूर दिखायो अपने बच्चों। अज एक खुशी वाली गल भी और दुख की गल भी आ। अज पहला चलो दुख की गल शेयर कर लेने, साडे कोले भैन खड़ी आ। जो एक नौ ते सस दे विच कोई अणबण हुंदी है जां कलेश हुंदा, वह वीडियो जग तमाशबीन अजकल दुनिया तमाशबीन आ, वह असीं बहुत वायरल करते हैं, बहुत स्वाद लैंदे उन्हां चीजां दा कि देखो सस ते नौ दी बनदी नहीं, आप च लड़दियां रहिंदियां। पर जदों एक नौ सस की जान बचाउण लई गलियां च धक्के खाने शुरू कर दे, हथ जोड़े के मेरी सस की जान बचा लो, मैं उन्हूं बचाउणा चाहुंदी आ, उदों कोई साथ नहीं दिंदा। बई अज साडे कोल इह भैण खड़ी आ कि जिहदी सस बेचारी पहलां तां उहदे इलाज कराउण लई पैसा नहीं सीगा, चार दिन पहलां इहदी सस बिना इलाज तों पूरी हो गई आ, उहदी डैथ हो गई। और अज उन्होंने अपने घर च पाठ करवाना, ना उन्होंने को संस्कार लिए पैसे सके, हम इन्होंने किसी गुरु घर को जाके कहा कि असं पाठ करवाना, वो कहते जी 5-6 हज़ार रुपया लगेगा, जो पैसा हैगा तो असं पाठ करा, जो पैसा नहीं गा तो असं तुहाडे घर पाठ नहीं कर सकते। देखो एक किड्डी कह लो कि दुख वाली गल आ कि अजकल रब भी इतने कहते पैसे वाले का हो गया वा। ये भैन साडे सामने खड़ी आ, साडे को एक भैन आई है अपनी बच्ची नूं लैके, ये तुसीं देखो मां का पैर आप भी मां नूं बचपन तो पोलिया होया वा, और इहदी बच्ची आ जिहड़ी मैंटली ठीक नहीं गी। कितनी उम्र आ भैणे इहदी? 5 साल। और दुपहर तो यह जलंधर दे रहण वाले आ, और भैन ते अपने माता पिता दे इहनां दी डैथ हो चुकी है। देखो बच्चे वड्डे होके कह दिंदे मां प्यो ने साडे लई की कीता, और दुपहरे 3 बजे दे भैन नूं नहीं पता सीगा वी 7 बजे मिलदे आ इत्थे। इहनां दी बेटी ने वीडियो देखी, मासी नाल आई हुई आ, इन्हां ने वीडियो देखी दुपहरे 3 बजे दे आके दरबार साहब गर्मी च फिरदे इत्थे स्ट्रीट ते, बेचारे गेड़े कढ़दे कि कदों आउणगे ते साडा कोई ना कोई सुनूगा। ये परमात्मा बई कहिंदे हुंदे जिहदा कोई नहीं ना हुंदा उहदा परमात्मा हुंदा, ते जदों परमात्मा बांह फड़दा फिर वह कदे छड़दा नहीं गा। साडे नाल आउण वाले आ और दराज तो तुसीं देखो स्पैशल चल के अज इत्थे सेवा करन आए आ। ते ਪਹਿਣ ਕੀ ਹੋਇਆ ਸੀ ਸੱਸ ਨੂੰ ਤੁਹਾਡੀ? ਉਹਨਾਂ ਦੇ ਵੀਰ ਜੀ ਗੁਰਦੇ ਖਰਾਬ ਸੀ ਤੇ ਪੇਟ ਚ ਪਾਣੀ ਪੈ ਗਿਆ ਸੀ ਤੇ ਅੱਛਾ ਜੀ ਵੀ ਉਹਦੀਆਂ ਪੂਰੀਆਂ ਗਲੀਆਂ। ਤੇ ਕਿੰਨਾ ਕੁ ਇਲਾਜ ਕਰਵਾਇਆ, ਕਿੰਨਾ ਕੁ ਪੈਸਾ ਲਾਇਆ? 5-6 ਸਾਲ ਹੋ ਗਏ। ਤੇ ਅੱਜ ਤੁਸੀਂ ਇੱਥੇ ਕੀ ਕਰਨਾ ਹੈ? ਇੱਥੇ ਵੀ ਸਾਨੂੰ ਪਹਿਲਾਂ ਕਿਸ ਨੇ ਦੱਸਿਆ ਸਾਨੂੰ 7 ਕਿ ਦਿਨੀ ਹੋ ਗਏ ਹਲੇ ਇੱਥੇ ਆਇਆ ਨੂੰ ਪਹਿਲਾਂ। ਅੱਛਾ ਅਹੀਂ ਆਏ ਹਾਂ ਤੇ ਵੀਰ ਜੀ ਦੂਜੇ ਤੁਸੀਂ ਨਹੀਂ ਹੈਗੇ, ਕਿਹਾ ਕਿ ਅਸੀਂ ਮੰਮਾ ਨੂੰ ਦਾਖਲ ਕਰਵਾਉਣਾ ਹੈ। ਅੱਛਾ ਜੀ, ਹੈਲਪ ਚਾਹੀਦੀ ਆ। ਅੱਛਾ ਜੀ, ਉਹਨਾਂ ਨੇ ਕਿਹਾ ਵੀ ਭਾਜੀ ਉਹਨੇ ਕਹਿੰਦੇ ਤੁਸੀਂ ਨੰਬਰ ਲੈ ਜੋ ਉਹਨਾਂ ਨਾਲ। ਕਿਉਂ ਤੁਹਾਡੇ ਕੋਲੇ ਪਾਠ ਕਰਵਾਉਣ ਲਈ ਪੈਸਾ ਨਹੀਂ ਸੀਗਾ? ਹਾਂਜੀ ਹੁਣ ਨਹੀਂ ਸੀ ਹੈਗਾ ਜਿਹੜੇ ਤੁਹਾਨੂੰ। ਤੁਸੀਂ ਉਹਨਾਂ ਨੂੰ ਕਹਿ ਦਿੰਦੇ ਕਿ ਇੱਕ ਰੱਬ ਦਾ ਤੁਸੀਂ ਤਾਂ ਘਰੇ ਚਰਨ ਪਾਉਣੇ ਸੀ ਪਰਮਾਤਮਾ ਦੇ, ਤੇ ਜੇ ਫ੍ਰੀ ਚ ਵੀ ਕਰ ਦਿੰਦੇ ਕੀ? ਨਹੀਂ ਉਹ ਕਰਦੇ, ਉਹ ਆਂਦੇ ਵੀ ਨਹੀਂ ਅਹੀਂ ਵੀ ਜ਼ਿਆਦਾ ਸਾਡੇ ਕੋਲ ਖਰਚਾ ਨਹੀਂ ਹੈਗਾ। ਅੱਛਾ, ਉਹ ਆਂਦੇ ਵੀ ਨਹੀਂ ਫਾਇਦਾ ਵੀ ਪੈਸੇ ਤੋਂ ਬਗੈਰ ਕੋਈ। ਕਿੰਨਾ ਖਰਚਾ ਦੱਸਿਆ? ਉਹਨਾਂ ਨੇ ਕਿਹਾ ਵੀ 6000 ਰੁਪਇਆ ਖਰਚਾ ਹੈ ਤੇ ਉੱਤੇ 100 ਰੁਪਇਆ। ਉੱਤੇ 100 ਰੁਪਇਆ ਹੁਣ ਤੁਹਾਨੂੰ ਪੈਸੇ ਮਿਲ ਗਏ ਨਾ ਥੋੜੇ? ਹਾਂਜੀ। ਆ ਸਾਡੇ ਕੋਲੇ ਤੁਸੀਂ ਦੇਖੋ ਇੱਕ ਕਿੰਨੀ ਦੁੱਖ ਵਾਲੀ ਗੱਲ ਆ ਯਾਰ, ਕਿ ਉਹ ਵਿਚਾਰੀ ਭੜਕਦੀ ਫਿਰਦੀ ਸੀ 7 ਦਿਨ ਪਹਿਲਾਂ ਵੀ ਆਪਦੀ ਸੱਸ ਦਾ ਇਲਾਜ ਕਰਾਉਣ ਲਈ, ਪਰ ਬਹੁਤ ਲੇਟ ਹੋ ਗਏ ਸੀ ਜਦੋਂ ਸਾਡੇ ਤੱਕ ਪਹੁੰਚੇ ਸੀਗੇ। ਉਹ ਵਿਚਾਰੀ ਇਹਦੀ ਸੱਸ ਬਿਨਾ ਇਲਾਜ ਤੋਂ ਬਿਨਾ ਦਵਾਈਆਂ ਤੋਂ ਤੜਫ ਤੜਫ ਹੀ ਮਰ ਗਈ। ਸ਼ਾਇਦ ਜੇ ਅੱਜ ਤੋਂ 2-3 ਸਾਲ ਪਹਿਲਾਂ ਸਾਡੇ ਕੋਲੇ ਮਿਲੇ ਹੁੰਦੇ ਤਾਂ ਸ਼ਾਇਦ ਅੱਜ ਇਹਦੀ ਸੱਸ ਇਹਨਾਂ ਦੇ ਵਿੱਚ ਹੁੰਦੀ, ਪਰ ਕਹਿ ਲਓ ਕਿ ਉਹਦੇ ਪ੍ਰਮਾਤਮਾ ਅੱਗੇ ਕਿਸ ਦਾ ਜ਼ੋਰ ਨਹੀਂ ਚੱਲਦਾ। ਤੇ ਜ਼ਰੂਰ ਬਾਈ ਇਦਾਂ ਦੇ ਮਰੀਜ਼ਾਂ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਹੀ ਆਉਣਾ ਸੇਵਾ ਕਰਨ, ਤੁਹਾਡੇ ਆਂਢ ਗੁਆਂਢ 'ਚ ਤੁਸੀਂ ਦੇਖੋ ਜੇ ਕੋਈ ਲੋੜਵੰਦ ਹੈਗਾ ਉਹਦੀ ਉੱਥੇ ਸੇਵਾ ਕਰ ਦਿਓ। ਸਾਡੇ ਕੋਲ ਇਹ ਵੀ ਭੈਣ ਆਈ ਹੋਈ ਆ, ਤੁਸੀਂ ਦੇਖੋ ਭੈਣ ਨੂੰ ਆਪ ਨੂੰ ਪੋਲੀਆ ਹੋਇਆ ਵਾ, ਔਰ ਕਿੰਨਾ ਆਪਣੇ ਬੱਚੇ ਨੂੰ ਧੀ ਨੂੰ, ਇਹ ਬੇਟਾ ਕਿਸਤੀ ਬੇਟੀ ਆ, ਹਾਂਜੀ, ਕਿੰਨਾ ਬੇਟੀ ਨੂੰ ਪਿਆਰ ਕਰਦੀ ਆ, 4-5 ਸਾਲ ਦੀ ਉਹਦੀ ਉਮਰ ਆ, ਔਰ ਪਹਿਣੇ ਨੂੰ ਹੋਇਆ ਕੀ ਆ ਬੱਚੇ ਨੂੰ ਪਹਿਲਾਂ ਸ਼ੁਰੂ ਬਚਪਨ ਤੋਂ ਹੀ ਆ? ਹਾਂਜੀ ਹਾਂਜੀ, ਬਚਪਨ ਤੋਂ ਬਹੁਤ ਹੀ ਲੱਗ ਰਿਹਾ ਪਹਿਲੇ ਤਾਂ। ਅੱਛਾ ਜੀ, ਤੁਹਾਡੇ ਵਰਗੇ ਨੇ ਹੈਲਪ ਕਰੀਏ ਬੇਟੇ ਬਚਪਨ ਜੀ। ਅੱਛਾ ਜੀ, ਬਹੁਤ ਬੋਤਲਾਂ ਲੱਗੀ ਸੀ, ਬਸ ਐ ਹੋ ਗਈ। ਅੱਛਾ ਜੀ, ਉਹ ਸਮਝਦੀ ਸਾਰੀ ਆ। ਹੁਣ ਤੁਸੀਂ ਇਲਾਜ ਕਦੋਂ ਤੋਂ ਬੰਦ ਕੀਤਾ ਵਾ ਇਹਦਾ? ਕਿੰਨਾ ਚਿਰ ਹੋ ਗਿਆ? ਦਿਖਾਉਂਦੇ ਰਹਿੰਦੇ ਹੁਣ, ਕਈ ਵਾਰੀ ਡਾਕਟਰ ਕਹਿ ਦਿੰਦੇ, ਕਈ ਜਣ ਕਹਿ ਦਿੰਦੇ। ਇਹ ਤੋਂ ਡੇਲੀ ਲੈ ਕੇ ਜਾਂਦੇ ਸੀ ਟ੍ਰੀਟਮੈਂਟ ਕਰਵਾਉਣ ਲਈ? ਹੁਣ ਨਹੀਂ ਲੈ ਕੇ ਜਾਂਦੇ ਜੀ, ਪੈਸਾ ਕਰ। ਕਿੰਨਾ ਟਾਈਮ ਕਰਵਾਇਆ ਪਹਿਲਾਂ? ਪਹਿਲੇ ਤਾਂ ਬਹੁਤ ਮਤਲਬ ਇਲਾਜ ਕਰਵਾਇਆ ਆ ਕਿਤੇ। ਅੱਛਾ ਜੀ, ਕਿਹੜੇ ਹਸਪਤਾਲ ਤੋਂ ਸ਼ੁਰੂ ਕਰਵਾਇਆ ਸੀ? ਆਪਣੇ ਇੱਥੇ ਪੀਐਮ ਚ ਵੀ ਹੈਗਾ ਆ, ਸਰਕਾਰੀ ਹਸਪਤਾਲ ਚ ਜਲੰਧਰ। ਅੱਛਾ ਜੀ, ਤੇ ਕਿੰਨਾ ਕੁ ਪੈਸਾ ਲਾਤਾ ਭੈਣੇ? ਉਹ ਜੀ ਦੇ ਰੈਡੀ ਨਾ ਫੜ ਫੜ ਕੇ ਲਾਏ ਹੋਏ ਆ। ਅੱਛਾ ਜੀ, ਉਹ ਕੀ ਕੰਮ ਕਰਦੇ ਆ? चल मेरी बेटी ने देखा शायद तेरा कोई ना कोई हल हो जाए। जे इत्थे आउण तों बाद भी मैं बेनती करूंगा अमृतसर दे सारे टूरिस्ट नूं, जे वर्ल्ड रिकॉर्ड चेक कर लो सब तों वध टूरिस्ट अमृतसर आउंदा होऊगा। और जदों भी तुसीं इत्थे आना, मैं नहीं कहिंदा तुसीं पैसे लैके आओ, असीं रोज शाम नूं 7 बजे तों लैके 9 बजे तक दरबार साहिब जिले वाले बाग कोले पोस्ट आफिस बनिया, असीं बिन नागा इत्थे मिलदे आं। साडे कोले बहुत मरीज आउंदे, तुसीं सिर्फ आ के इहनां दे दुख सुणनी आ जाओ, इह बहुत वड्डी गल आ। बई साडे कोले बाई जी आए हुए आ, और पिछले साडे कोले
घंटे डेढ़ घंटे तो खड़े आ और अज कहते मिल के जाना बेटा असीं दोपहर ते आए इत्थे दरबार साहिब और दोपहर ते आए हुए आ मैं कहना उन्होंने हमेशा सानू पूछा जाता तुहाडी मोटीवेशन की है साडी मोटीवेशन इदां दे इंसान आ मैं दुनिया दे विच परमात्मा दा दर्जा दे लां जां ओह वी थोड़ा होगा इन्हां इंसानां दे अगे तुसीं देखो किथे दराहा किथे अंबरसर और अज इत्थे जिन्ने मरीज तुसीं खड़े देख रहे हैं मैनूं पहलां आके कहता सी कहिंदे गुरिंदर तेरे कोल जिन्ने मरीज होणगे ना सारिआं दी सेवा अज दी मेरे हत्थ ला दी और अज जिन्ने मरीज तुसीं कैमरे च खड़े देख सकदे आ सारिआं नूं असीं कैमरे अगे नहीं लिआंदे क्योंकि इन्ने सुणन वाले कन्न है नहीं वीडियो लंबी बहुत होजू ਤਾਂ ਜਿੰਨੇ ਕੁ ਮਰੀਜ਼ ਤੁਹਾਨੂੰ ਦਿਖਾਏ ਅੱਜ ਜਿੰਨੇ ਵੀ ਸਾਡੇ ਕੋਲ ਮਰੀਜ਼ ਸੀਗੇ ਕੋਈ ਵੀ ਮਰੀਜ਼ ਐਸਾ ਨਹੀਂ ਕਿ ਜਿਹਨੂੰ ਬਿਨਾਂ ਪੈਸਿਆਂ ਤੋਂ ਭੇਜਿਆ ਹੋਵੇ ਤੇ ਜ਼ਰੂਰ ਬਾਈ ਕੋਈ ਮੈਸੇਜ ਦੇਣਾ ਚਾਹੂੰ ਕਿੱਥੋਂ ਇਹ ਮੋਟੀਵੇਸ਼ਨ ਆਈ ਤੁਹਾਨੂੰ ਇੰਨੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਅੱਛਾ ਅੱਛਾ ਜੀ ਵੀਡੀਓ ਦੇਖ ਕੇ ਤੁਹਾਡਾ ਇਹ ਮਤਲਬ ਵਧੀਆ ਪ੍ਰੋਗਰਾਮ ਲੱਗ ਰਿਹਾ ਸ਼ੁਕਰ ਸ਼ੁਕਰ ਇਸ ਤੋਂ ਉੱਪਰ ਹੋਰ ਕੋਈ ਸੇਵਾ ਤਾਂ ਹੈ ਨਹੀਂ ਨਹੀਂ ਸਭ ਤੋਂ ਉੱਤੇ ਸੇਵਾ ਇਹੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਉਹਨਾਂ ਦਾ ਕਿ ਜਿਹੜੇ ਦਰਾਹਾ ਤੋਂ ਚੱਲ ਕੇ ਇੱਥੇ ਖੜੇ ਮੈਂ ਅੰਮ੍ਰਿਤਸਰ ਵਾਲਿਆਂ ਨੂੰ ਵੀ ਕਹੂੰਗਾ ਬਾਈ ਜੇ ਬਾਈ ਹੁਣੀ ਉੱਥੋਂ ਦਰਾਹੇ ਤੋਂ ਚੱਲ ਕੇ ਇੱਥੇ ਅੰਮ੍ਰਿਤਸਰ ਸੇਵਾ ਕਰਨ ਆ ਸਕਦੇ ਆ ਤਾਂ ਸਾਡਾ ਤਾਂ ਇੱਥੇ ਏਰੀਆ ਨੇੜੇ ਹੀ ਬਹੁਤ ਆ ਹਨਾ ਤੁਸੀਂ ਆਪ ਇੱਥੇ ਮਰੀਜ਼ਾਂ ਨੂੰ ਮਿਲੋ ਚਾਹੇ ਤੁਸੀਂ ਇੱਕ ਮਰੀਜ਼ ਅਡਾਪਟ ਕਰ ਲਓ ਕਿਆ ਜਿਹੜਾ ਤੁਹਾਡੇ ਕੋਲੇ ਪੇਸ਼ੈਂਟ ਇਹਦਾ ਕਿੰਨਾ ਖਰਚ ਆਉਣਾ ਇਹਦਾ ਨੰਬਰ ਸਾਨੂੰ ਦੇ ਦਿਓ ਸਾਰਾ ਇਲਾਜ ਇਹਦਾ ਅਸੀਂ ਆਪੇ ਕਰਵਾ ਲਾਂਗੇ ਸਾਥੋਂ ਆ ਕੇ ਨੰਬਰ ਲੈ ਜਾਓ ਆਹ ਤੁਸੀਂ ਮਾਂ ਦੇ ਹਾਲਾਤ ਦੇਖੋ ਬਾਈ ਇਹ 3 ਵਜੇ ਦੀ ਦੁਪਹਿਰੇ ਦਰਬਾਰ ਸਾਹਿਬ ਆ ਕੇ ਫਿਰਦੀ ਆ ਔਰ ਕਿਹੜੇ ਹਾਲਾਤਾਂ ਦੇ ਵਿੱਚ ਅਸੀਂ ਚੰਗੇ ਭਲੇ ਹੈਗੇ ਆ ਤਾਂ ਵੀ ਬੇਸ਼ੁਕਰੇ ਹੋਏ ਫਿਰਦੇ ਆ ਕਦੇ ਪਰਮਾਤਮਾ ਦਾ ਸ਼ੁਕਰੀਆ ਨਹੀਂ ਕੀਤਾ ਔਰ ਇਹ ਤੋਂ ਵਿਚਾਰੀ ਤੋਂ ਤੁਰਿਆ ਨਹੀਂ ਜਾਂਦਾ ਫਿਰ ਵੀ ਆਪਣੀ ਬੱਚੀ ਲਈ ਉਹ ਖੜੀ ਆ ਵੱਡੇ ਹੋ ਕੇ ਬੱਚਿਆਂ ਨੇ ਕਹਿ ਦੇਣਾ ਹੁੰਦਾ ਮਾਂ ਪਿਓ ਨੇ ਸਾਡੇ ਲਈ ਕੀ ਕੀਤਾ ਜੇ ਹੁਣ ਇਹ ਬੱਚੀ ਵੱਡੀ ਹੋ ਕੇ ਕਹੇ ਕਿ ਮਾਂ ਪਿਓ ਨੇ ਸਾਡੇ ਲਈ ਕੀ ਕੀਤਾ ਤਾਂ ਮਾਂ ਵਿਚਾਰੀ ਕੀ ਕਹੂਗੀ ਤਾਂ ਬੇਨਤੀ ਆਪਣੇ ਬੱਚਿਆਂ ਨੂੰ ਇਹ ਵੀਡੀਓ ਦਿਖਾਇਆ ਕਰੋ ਕਿ ਮਾਂ ਪਿਓ ਆਪਣੇ ਬੱਚੇ ਨੂੰ ਬਚਾਉਣ ਲਈ ਆਪਣਾ ਆਪ ਵੀ ਵਾਰ ਦਿੰਦੇ ਆ ਬਾਈ ਤੇ ਬੱਚਿਆਂ ਨੂੰ ਵੀ ਜ਼ਰੂਰ ਬੁਢਾਪੇ 'ਚ ਸੋਚਣਾ ਚਾਹੀਦਾ ਕਿ ਮਾਂ ਪਿਓ ਨੇ ਕੋਈ ਇੱਕ ਬੱਚਾ ਹੁਣ ਸਾਡੇ ਕੋਲੇ ਬਹੁਤ ਮਾਵਾਂ ਆਉਂਦੀਆਂ ਕਿ ਮਾਵਾਂ 5-5 ਬੱਚਿਆਂ 6-6 ਬੱਚਿਆਂ ਨੂੰ ਇੱਕ ਮਾਂ ਸਾਂਭ ਲੈਂਦੀ ਆ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਆ 5-5 ਬੱਚਿਆਂ ਤੋਂ ਇੱਕ ਮਾਂ ਨਹੀਂ ਸਾਂਭਦੀ ਤਾਂ ਜੇ ਇਹਨਾਂ ਭੈਣਾਂ ਨੂੰ ਸੇਵਾ ਮਿਲ ਗਈ ਆ ਇਹ ਬੱਚੀ ਦਾ ਵੀ ਹੁਣ ਇਲਾਜ ਸ਼ੁਰੂ ਕਰਵਾ ਦਾਂਗੇ ਤੇ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਜਾਂ ਤੁਹਾਡੇ ਕੋਲੇ ਕੋਈ ਮਰੀਜ਼ ਆ ਨੰਬਰ ਆ ਸਾਡਾ 9071390714 9713 9714 ਸਾਡਾ ਨੰਬਰ ਆ ਇਸ ਨੰਬਰ ਤੇ ਕਾਲ ਕਰਕੇ ਤੁਹਾਡੇ ਆਂਢ ਗੁਆਂਢ ਚ ਕੋਈ ਵੀ ਮਰੀਜ਼ ਹੈਗਾ ਕਿ ਜਿਹੜਾ ਬਿਨਾਂ ਇਲਾਜ ਤੋਂ ਪੈਸਿਆਂ ਵੱਲੋਂ ਤੜਫ ਰਿਹਾ ਤੇ ਸਾਡੇ ਨਾਲ ਜਰੂਰ ਇੱਕ ਵਾਰੀ WhatsApp ਜਾਂ ਕਾਲ ਤੁਸੀਂ ਕਰ ਸਕਦੇ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਅਸੀਂ ਰੋਜ਼ ਸ਼ਾਮ ਨੂੰ ਇੱਥੇ ਮਿਲਦੇ ਆ ਬਾਈ 7 ਵਜੇ ਤੋਂ ਲੈ ਕੇ 9 ਵਜੇ ਤੱਕ ਤਾਂ ਇੱਥੇ ਸਾਡੇ ਕੋਲੇ ਬਹੁਤ ਮਰੀਜ਼ ਆਉਂਦੇ ਆ ਇਦਾਂ ਦੇ ਇਹ ਭੈਣ ਵੀ ਇੱਕ ਉਮੀਦ ਨਾਲ ਆਈ ਆ ਜਲੰਧਰ ਛੱਡ ਕੇ ਭੈਣ ਇੱਥੇ ਖੜੀ ਆ ਤਾਂ ਬੇਨਤੀ ਕਰੂੰਗਾ ਬਾਈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਣਾ ਜਰੂਰ ਇੱਕ ਵਾਰੀ ਇੱਥੇ ਆ ਕੇ ਮੈਂ ਇਹ ਨਹੀਂ ਤੁਸੀਂ ਪੈਸੇ ਦੇਣ ਨਹੀਂ ਆਉਣਾ ਸਿਰਫ ਮਰੀਜ਼ਾਂ ਦੇ ਹਾਲਾਤ ਸੁਣਨੀ ਆ ਜਾਇਆ ਕਰੋ ਇਹ ਵੀ ਅੱਜ ਦੇ ਟਾਈਮ 'ਚ ਬਹੁਤ ਵੱਡੀ ਗੱਲ ਆ ਕਿਸੇ ਦੇ ਕੈਂਸਰ ਵਾਲੇ ਬੰਦੇ ਨੂੰ ਜੱਫੀ ਪਾ ਕੇ ਕਹਿ ਦੋ ਨਾ ਕਿ ਬਾਈ ਮੈਂ ਤੇਰੇ ਨਾਲ ਆ ਤੂੰ ਫਿਕਰ ਨਹੀਂ ਕਰਨਾ ਅੱਧਾ ਮਰੀਜ਼ ਹੌਸਲੇ ਨਾਲ ਹੀ ਠੀਕ ਹੋ ਜਾਂਦਾ ਪਰ ਅਸੀਂ ਆਪਣੇ ਗੇੜੀਆਂ ਤੇ ਜਿਹੜੀ ਸਾਡੀ ਜੂਥ ਆ ਇਹ ਗੇੜੀਆਂ ਤੇ ਜ਼ਰੂਰ 2-2 ਘੰਟੇ ਖਰਾਬ ਕਰ ਦੂਗੀ ਜਦੋਂ ਹਸਪੀਟਲ 'ਚ ਕਿਸੇ ਨੂੰ 5 ਮਿੰਟ ਪਾਣੀ ਦਾ ਗਲਾਸ ਵੀ ਪਿਉਣਾ ਹੋਵੇ ਨਾ ਉਹ ਨਹੀਂ ਸਾਡੇ ਤੋਂ ਪਿਆਇਆ ਜਾਂਦਾ ਬਾਈ ਯਾਰ ਦੋਸਤ ਇਦਾਂ ਦੇ ਕਮਾ ਲਓ ਜਿਹੜੇ ਔਖੇ ਟਾਈਮ ਵੀ ਨਾਲ ਖੜਨ ਨਹੀਂ ਤਾਂ ਫਿਲਮਾਂ ਦੇਖਣ ਜਾਣਾ ਦਾਰੂ ਪਿਉਣ ਵੇਲੇ ਤਾਂ ਬਹੁਤ ਇਕੱਠ ਹੋ ਜਾਂਦਾ ਬਾਈ ਪੰਜਾਂ ਨੂੰ ਫੋਨ ਕਰੋਗੇ ਨਾ 20 ਆ ਜਾਣਗੇ ਜਾਰੀ ਦਾ ਵਾਸਤਾ ਦੇ ਕੇ ਪੈਗ ਲਵਾਉਣ ਵਾਲੇ ਬਹੁਤ ਹੁੰਦੇ ਆ ਪਰ ਜਾਰੀ ਦਾ ਵਾਸਤਾ ਦੇ ਕੇ ਕਦੇ ਕਿਹੋ ਯਾਰ ਤੈਨੂੰ ਜਾਰੀ ਦਾ ਵਾਸਤਾ ਆਪਾਂ ਕਿਸੇ ਮਾਂ ਦਾ ਪੁੱਤ ਬਚਾਉਣਾ ਦੇਖੋ ਕਿੰਨੇ ਗਾਉਂਦੇ ਆ 20 ਨੂੰ ਫੋਨ ਕਰੋਗੇ 2 ਨਹੀਂ ਆਉਣੇ ਤਾਂ ਬੇਨਤੀ ਆ ਜ਼ਰੂਰ ਆ ਕੇ ਇਹਨਾਂ ਮਰੀਜ਼ਾਂ ਦੇ ਬਈ ਹਾਲਾਤ ਸਮਝੋ ਅੱਜ ਇਹ ਔਖਾ ਟਾਈਮ ਇਹਨਾਂ ਤੇ ਕੱਲ ਨੂੰ ਕਿਸੇ ਤੇ ਵੀ ਆ ਸਕਦਾ ਇਹ ਸੋਚ ਕੇ ਮਦਦ ਕਰ ਲਿਆ ਕਰੋ ਖਿਆਲ ਇਹਨਾਂ ਦੀ ਜਗ੍ਹਾ ਤੇ ਕੱਲ ਨੂੰ ਮੈਂ ਹੀ ਖੜਾ ਹੋਵਾਂ ਜਾਂ ਹੋ ਸਕਦਾ ਮੇਰੇ ਤੇ ਵੀ ਅੱਜ ਸੌਖਾ ਟਾਈਮ ਕੱਲ ਨੂੰ ਮੇਰੇ ਤੇ ਵੀ ਆ ਸਕਦਾ ਇਹਦਾ ਪ੍ਰਮਾਤਮਾ ਨੇ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਰਾਜੀ ਬਣਾਉਣ ਲੱਗੇ ਟਾਈਮ ਨਹੀਂ ਲਾਉਂਦਾ ਇਹ ਸਭ ਉਸ ਦਾਤੇ ਦੀਆਂ ਖੇਡਾਂ ਜਿਹੜੇ ਡਰਾਇੰਗ ਅੱਜ ਤੋਂ 20 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਡਰਾਇੰਗ ਰੂਮ 'ਚ ਬੈਠੇ ਸਰਕਾਰਾਂ ਚਲਾ ਦਿੰਦੇ ਸੀ ਨਾ ਅੱਜ ਪ੍ਰਮਾਤਮਾ ਨੇ ਖਾਲੀ ਕਰਕੇ ਘਰੇ ਭਾਏ ਵੇ ਆ ਇਹ ਉਹ ਤੋਂ ਵੱਡਾ ਕੋਈ ਵੀ ਨਹੀਂਗਾ ਬਾਈ ਤੇ ਕਿਸੇ ਹੰਕਾਰ 'ਚ ਨਾ ਫਿਰਦੇ ਰਿਹਾ ਇੱਥੇ ਗੱਡੀਆਂ ਦਾ ਹੰਕਾਰ ਨਾ ਚੱਕੀ ਫਿਰਿਓ ਅੱਜ ਕਿਸੇ ਕੋਲੇ 2 ਕਰੋੜ ਦੀ ਗੱਡੀ ਆ ਕੱਲ ਨੂੰ ਆ ਬਾਈ ਕੋਲੇ ਇਹਨਾਂ ਕੋਲੇ ਵੀ 2 ਕਰੋੜ ਆ ਜੂ ਗੱਡੀ ਇਹ ਵੀ ਲੈ ਲੈਣਗੇ ਪਰ ਜਿਹੜੇ ਤੁਹਾਡੇ ਸੰਸਕਾਰ ਆ ਉਹਨਾਂ ਨੂੰ ਵੱਡੇ ਕਰਿਓ ਬੇਨਤੀ ਆ ਕਿ ਆਪਣੇ ਆਪ ਨੂੰ ਮਹਿੰਗਾ ਕਰੋ ਬੰਦਾ ਮਹਿੰਗਾ ਗੱਡੀਆਂ ਕਾਰਾਂ ਕੋਠੀਆਂ ਨਾਲ ਨਹੀਂ ਹੁੰਦਾ ਬੰਦਾ ਮਹਿੰਗਾ ਸੰਸਕਾਰਾਂ ਨਾਲ ਹੁੰਦਾ ਬੇਨਤੀ ਆ ਜਰੂਰ ਆ ਕੇ ਬਾਈ ਆ ਤੁਸੀਂ ਬੱਚੀ ਦੇਖੋ ਮਾਂ ਤੋਂ ਖੜਿਆ ਨਹੀਂ ਜਾਂਦਾ ਹਾਂਜੀ ਤੁਸੀਂ ਆ ਭੈਣ ਨੂੰ ਦੇ ਦਿਓ ਆ ਭੈਣੇ ਰੱਖ ਲਓ ਭੈਣੇ ਮਾਂ ਤਾਂ ਫੜ ਲਓ ਤੁਸੀਂ ਤੇ ਜਰੂਰ ਠੀਕ ਠੀਕ ਹੈ ਤੁਸੀਂ ਕਿੱਥੋਂ ਤੁਸੀਂ ਅੱਛਾ ਅੱਛਾ ਜੀ ਠੀਕ ਠੀਕ ਹੈ ਤਾਂ ਨਾਲ ਲਿਖਾ ਦਿਓ ਤੁਸੀਂ ਆਪਣਾ ਨੰਬਰ ਹਾਂਜੀ ਤੁਸੀਂ ਬੈਠੋ ਮਾਤਾ ਜੀ 10 ਮਿੰਟ ਵੇਟ ਕਰੋ ਤੁਸੀਂ ਤੇ ਜਰੂਰ ਬਾਈ ਬਾਈ ਹੁਣਾਂ ਦਾ ਵੀ ਧੰਨਵਾਦ ਆ ਯਾਰ ਜਿਹੜੇ ਦੇਖ ਕੇ ਇਗਨੋਰ ਨੇ ਕਿਹੜਾ ਏਰੀਆ ਬਾਈ ਤੁਹਾਡਾ ਆ ਜਾਓ ਕਪੂਰਥਲੇ ਤੋਂ ਕਾਲਾ ਸਿੰਘ ਸੱਚਾ ਪਿੰਡ ਆ ਅੱਛਾ ਅੱਛਾ ਜੀ ਵੈਸੇ ਬੇਸਿਕਲੀ ਜਰਮ ਰਹਿੰਦੇ ਆ ਠੀਕ ਹੈ ਠੀਕ ਹੈ ਬਾਈ ਧੰਨਵਾਦ ਧੰਨਵਾਦ ਭੈਣੇ ਕੋਈ ਭੈਣੇ ਮੈਸੇਜ ਦੇਣਾ ਚਾਹੂੰ
ਚੰਗੇ ਟਾਈਮ ਦੇ ਵਿੱਚ ਜਦੋਂ ਚੰਗੇ ਟਾਈਮ ਹੁੰਦਾ ਨਾ ਉਦੋਂ ਥੱਲੇ ਵੱਲ ਬਹੁਤ ਲੋਕੀ ਘੱਟ ਵੇਖਦੇ ਆ, ਮਾੜੇ ਟਾਈਮ ਦੇ ਵਿੱਚ ਤਾਂ ਰੱਬ ਵੱਲ ਬਹੁਤ ਹੱਥ ਜੋੜ ਦਿੰਦੇ, ਪਰ ਜਦੋਂ ਚੰਗੇ ਟਾਈਮ ਹੁੰਦਾ ਉਦੋਂ ਪਰਮਾਤਮਾ ਨੂੰ ਯਾਦ ਕਰਨ ਵਾਲਾ ਬਹੁਤ ਘੱਟ ਹੁੰਦੇ ਤੇ ਜਿਹੜੇ ਸੇਵਾ ਕਰਨ ਆ ਸਕਦੇ ਤਾਂ ਅੰਮ੍ਰਿਤਸਰ ਵਾਲੇ ਨੂੰ ਬੇਨਤੀ ਕਰੂੰਗਾ। ਤੁਹਾਡੇ ਲਈ ਤਾਂ ਬਾਈ ਬਹੁਤ ਖੁਸ਼ਕਿਸਮਤ ਵਾਲੀ ਗੱਲ ਆ ਕਿ ਸਿਰਫ ਅਸੀਂ ਫੇਸਬੁੱਕ ਤੇ ਨੀ ਇੱਕ ਵੀਡੀਓ ਪਾ ਲਈ, 2 ਮਹੀਨੇ ਨਜ਼ਰ ਹੀ ਨੀ ਆਉਣਾ, ਅਸੀਂ ਰੋਜ਼ ਹੀ ਇੱਥੇ ਮਿਲਦੇ ਆ। ਨਹੀਂ ਤਾਂ ਬਹੁਤ ਹੁੰਦੇ ਇੱਕ ਵੀਡੀਓ ਪਾ ਲਈ, 10 ਦਿਨ ਉਹਨਾਂ ਨੇ ਨਜ਼ਰ ਹੀ ਨੀ ਆਉਣਾ, ਫਿਰ ਕੋਈ ਮਰੀਜ਼ ਲੱਭਣਾ ਵੀਡੀਓ ਪਾ ਦੀ ਗਾਇਬ। ਅਸੀਂ ਗਰਾਊਂਡ ਲੈਵਲ ਤੇ ਇੱਥੇ ਮਿਲਦੇ ਆ। ਇਹ ਬਾਈ ਜੀ ਵੀ ਤੁਸੀਂ ਦੇਖੋ ਇੱਕ ਵਿਸ਼ਵਾਸ ਕਰਕੇ ਇੱਥੇ ਖੜੇ ਆ, ਹਨਾ। ਤਾਂ ਅਸੀਂ ਉਹ ਨਹੀਂ ਕਿ ਭੰਗ ਦੇ ਭੰਗ ਕਹਿ ਲਓ ਕਿ ਇੱਕ 5 ਦਿਨ ਆ ਗਏ ਬਾਅਦ ਚੋਂ ਕੰਮ ਖਤਮ ਕਰਤਾ, ਸਾਨੂੰ 6-7 ਸਾਲ ਹੋ ਗਿਆ ਸੇਵਾ ਦੇ ਵਿੱਚ, ਤੇ ਜ਼ਰੂਰ ਬਾਈ ਮੈਂ ਬੇਨਤੀ ਕਰੂੰਗਾ। ਹਾਂਜੀ ਠੀਕ ਹੈ ਭੈਣੇ, ਸਤਿ ਸ਼੍ਰੀ ਅਕਾਲ। ਠੀਕ ਹੈ ਬਾਈ, ਤੇ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਬਾਈ ਇੱਥੇ ਆ ਕੇ ਨਾ ਮਰੀਜ਼ਾਂ ਦੇ ਹਾਲਾਤ ਸੁਣਨ ਦੀ ਕੋਸ਼ਿਸ਼ ਕਰੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਮਰੀਜ਼ ਆਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।